हेलो जी, गुड मॉर्निंग, गुड इवनिंग, गुड आफ्टरनून, सत श्री अकाल सारिआं नूं। ते जदों मां नाल होईए जदों मां दे नाल की कहिंदे हुंदे, मां दी ना मन्ननी होए ना फिर कपड़े अपने आपे इदां प्रैस करने पैंदे जे। हुण मैनूं कहिंदियां वी इन्नियां सोहणियां सोहणियां टी शर्टां पईआं, ओह पा ला, नहीं इह मैं ओह नहीं पाउणियां, आह शर्ट पाउणी, आह शर्टां पाउणियां वा। रवाज नहीं हैगा तुहाडे, रवाजां नूं लग्गी आ वी, मैं पागल जू आणा? ਔੜ ਲੱਗਦੀਆਂ ਤੈਨੂੰ ਚਾਦੀਆਂ ਔੜ ਲੱਗਦੀਆਂ, ਵੱਡੇ ਵੱਡੇ ਮੁੰਡੇ ਪਾਈ ਫਿਰਦੇ ਆ, ਬਾਗੇ ਮਾਮੇ ਨੇ ਵੀ ਪਾਈਆਂ ਹੁੰਦੀਆਂ ਪੂਰੀਆਂ ਬਾਹਾਂ ਵਾਲੀਆਂ, ਰਾਜੇ ਮਾਮੇ ਨੇ ਵੀ ਪਾਈਆਂ ਹੁੰਦੀਆਂ। ਕਹਿ ਉਹ ਬੜਾ ਪੜ੍ਹੇ ਲਿਖੇ, ਕਹਿ ਕਹਿ ਕਿ ਉਹ ਬੜੇ ਮਾਡਰਨ ਜ਼ਮਾਨੇ ਦੇ ਮਾਮੇ ਮੇਰੇ। ਹਾਂ 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 ਆਹੋ ਆਹੋ ਸਹੀ ਗੱਲ। ਹੁਣ ਤੈਨੂੰ ਉਹ ਬਟਨ ਵਾਲੀ ਲਿਆ ਕੇ ਦਵਾਂ ਤੈਨੂੰ, ਚਲਾਕ ਤੂੰ ਵੱਡਾ, ਉਹ ਕਿਹਨੂੰ ਦਵਾਂ ਮੈਂ ਲੋਕਾਂ ਨੂੰ ਜਿਹੜੇ ਪੈਸੇ ਲਾਏ ਆ? ਚਪੇੜਾਂ ਖਾਏਂਗਾ ਹੀ, ਦੇ ਦਿਓ ਕਰਨ ਨੂੰ ਇੱਥੇ ਜਿਹੜੀਆਂ ਤੈਨੂੰ ਆਉਣ ਵਾਲੀਆਂ ਤੈਨੂੰ ਦੇ ਦਾ, ਜੇ ਉਹਨੂੰ ਨਹੀਂ ਆਉਣੀਆਂ ਪ੍ਰਭ ਮੈਂ ਕੰਨਾਂ ਤੇ ਲਾਉਣੀਆਂ ਹੀ, ਤੇਰੀਆਂ ਆਪਦੀਆਂ ਮਰਜ਼ੀਆਂ ਹੋ ਗਈਆਂ ਜਾਦੀਆਂ ਹੀ। ਹਾਂ ਚੱਲ ਠੀਕ ਆ, ਪਾ ਪਾ ਮੇਰੇ ਸਾਹਮਣੇ ਪਾ, ਹੁਣੇ ਪਾ, ਪਾ ਕੇ ਵਿਖਾ ਵਿਖਾ ਪਾ ਕੇ, ਜੇ ਨਾ ਆਈਆਂ ਤੈਨੂੰ ਹੁਣੇ ਲੈ ਕੇ ਜਾਊਂ, ਹੁਣੇ ਚੋਲੇ ਹੁਣੇ ਮੈਂ ਕੰਨਾਂ ਦੇ ਲਾ ਦੇਣੀ ਫੜ ਕੇ, ਪਾ ਕੇ ਵਿਖਾਣਾ ਹੁਣ। ਹੁਣ ਕੀ ਹੋ ਗਿਆ, ਹੁਣ ਕੀ ਹੋ ਗਿਆ, ਹੁਣ ਬਹਿ ਗਈ ਠੰਡ, ਹੁਣ ਪਤਾ ਮੇਰੀ ਬੇਇੱਜ਼ਤੀ ਹੋ ਜਾਣੀ ਆ। ਸਵੇਰ ਦਾ 11:30 ਦਾ, ਤੇ ਬਸ ਅੱਜ ਭਾਈ ਸਾਹਿਬ ਘਰੇ ਨੇ, ਤੇ ਇਹਨਾਂ ਨੇ ਅੱਜ ਮੇਰਾ ਇੰਨਾ ਜਦੋਂ ਜਵਾਕ ਘਰੇ ਹੋਣ ਨਾ, ਇੰਨਾ ਦਿਮਾਗ ਖਰਾਬ ਕਰਦੇ ਨਾ। ਆਹ ਵੇਖੋ ਹੁਣ ਇੱਧਰ ਵੀ ਲੀੜੇ, ਉੱਧਰ ਵੀ, ਮੈਂ ਇੱਕਦਮ ਪੂਰਾ ਖਲਾਰਾ ਚੁੱਕ ਕੇ ਤੇ ਫਿਰ ਬੈਠੀ ਹਾਂ, ਤੇ ਹੁਣ ਵੇਖਿਓ ਇਹਨੇ ਸਨੋਈ ਨੂੰ ਭਜਾ ਭਜਾ ਕੇ ਇਹਦੇ ਵੀ ਉਹਦੇ ਖਲਾਰੇ ਪਵਾ ਦੇਣੇ ਵਾਲਾਂ ਦੇ, ਨੀ ਕਿਹਾ ਕੁਝ। ਤੁਸੀਂ ਸਕੂਲੇ ਸੂਤਰ ਆਉਂਦੇ ਜੇ, ਜੰਮੇ ਇੱਕ ਸਾਡੀ ਆ ਕੁੱਤੀ, ਇੱਕ ਸਾਡਾ ਆ ਲਾਡ ਰਸਪੂਤ। ਮੈਂ ਤੇ ਐਵੇਂ ਦਾ ਕਹਿ ਨਹੀਂ ਸਕਦੀ, ਤੈਨੂੰ ਪਤਾ ਆਈ ਡੋਂਟ ਲਾਈਕ ਦੀਸ ਵਰਡਸ। ਓਕੇ ਇਹ 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 ਕਰ ਲਾ ਮੁੱਚੀ ਸੁਣਿਆ ਕਰਦੇ, ਸੁਣਿਆ ਕਰਦੇ ਵੇਖੀ ਜਾਊ ਜੋ ਆ ਢੀਠ ਨਾ ਹੋਵੇ ਤੇ ਕਿਸੇ ਥਾਂ ਦਾ ਵੀ ਤੂੰ ਦੱਸ ਮੈਂ ਦੱਸ। ਜਿਹੜਾ ਅੱਗੇ ਨਾ ਸਗੋਂ ਛੋਟੇ ਹੁੰਦੇ ਸੀ ਨਾ, ਆਪਦੀ ਮਰਜ਼ੀ ਦੇ ਕੱਪੜੇ ਪਵਾ ਤੇ ਲਈਦੇ ਸੀ ਨਾ, ਜੋ ਵੱਡੇ ਹੁੰਦੇ ਜਾਂਦੇ ਇਹਨਾਂ ਦੇ ਆਪਦੇ ਟਸ਼ਣ ਆਪਦੇ ਪਖੰਡ ਨਹੀਂ ਸੈੱਟ ਆਉਂਦੇ। ਤੈਨੂੰ ਖਿਚਾਵਾਂ ਤੇਰੀ ਫੋਟੋ, ਸੋਹਣੇ ਜਿਹੇ ਬੜੇ ਜਿਹੜਾ ਕਾਲੇ ਕੱਟੇ ਹੋ ਜੇ, ਉਹ ਦੋਵੇਂ ਜਾਣੇ ਇੱਕੋ ਜੇ ਆ। ਜਾ 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 ਜਾ, ਮੈਂ ਨਹੀਂ ਖਿੱਚਦੀ ਫੋਟੋ। ਆ ਚਲੋ ਠੀਕ ਹੈ, ਓਕੇ ਬਾਏ ਭਾਜਾ। ਸੋ ਵਧੀਆ ਆਉਂਦੀ ਕਿ ਨਹੀਂ? ਠੀਕ ਹੈ। ਲਓ ਗਾਇਸ, ਟਾਈਮ ਹੋ ਗਿਆ ਦੁਪਹਿਰ ਦਾ 11:30 ਦਾ, ਤੇ ਇਹ ਅੱਜ ਮੁੰਡਾ ਕਾਰੇ ਨੇ ਮੈਨੂੰ ਇੰਨਾ ਸਤਾਇਆ ਨਾ, ਬੜਾ ਹੀ ਸਤਾਉਣ ਦਿਆ ਜੀ। ਵੇਖੋ ਆਹ ਆਹ ਕੰਮ ਆ ਇਹਦੇ, ਆਹ ਬਸ ਆ ਉਹਨੂੰ ਛੇੜੀ ਜਾਂਦਾ, ਉਹ ਤੈਨੂੰ ਕੀ ਆਂਦੀ ਬੰਦਾ ਪੁੱਛੇ। ਬਸ ਇਹ ਕਿ ਉਹਨੂੰ ਮੈਂ ਛੇੜੀ ਜਾਵਾਂ, ਉਹ ਆਪੇ ਵਾਲ ਖਿਲਾਰੀ ਜਾਵੇ, ਤੇ ਮੇਰੀ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਥੋੜੀ ਜਿਹੜੀ ਕੁੱਤੇ ਖਾਣੀ ਆਉਂਦੇ ਹੁੰਦੀ ਰਵੇ, ਤੇ ਫਿਰ ਮੇਰਾ ਦਿਨ ਜਿਹੜਾ ਉਹ ਵਧੀਆ ਨਿਕਲਦਾ ਰਵੇ, ਹੈਨਾ? ਇਹ ਗੱਲ ਹੈ ਨਾ, ਇਹੋ ਹੀ ਚਾਹੁੰਦੇ ਜੇ ਤੂੰ? ਹੈਂ, ਇਹੋ ਹੀ ਚਾਹੁੰਦਾ ਵਾ ਨਾ। ਨਿਆਣਿਆਂ ਨੂੰ ਤੇ ਬਸ ਇਹ ਬੇਇੱਜ਼ਤੀ ਦੇ ਨਾਲ ਮਤਲਬ ਇਹ ਨਹੀਂ ਦੇਖਣਾ ਕਿ ਅਗਲੇ ਦਾ ਵੀ ਜਿਹੜਾ ਕਰਨ ਦਿਆ ਵਾ, ਜਿਹੜਾ ਰੌਲਾ ਪਾਉਂਦਾ ਉਹਦਾ ਵੀ ਸਿਰ ਖਪਦਾ ਵਾ, ਨਾ ਉਹ ਨਹੀਂ ਇਹਨਾਂ ਨੂੰ ਦੇਖਦਾ। ਤੇ ਚਲੋ ਗਾਇਸ, ਆਪਾਂ ਲਈ ਰੋਟੀ ਖਾ ਦੇ, ਆਪਾਂ ਚੁੱਕ ਕੇ ਭਾਂਡੇ ਤੇ ਮਿਲਦੇ ਹੁੰਦੇ ਤੱਕ। ਲਓ ਜੀ, ਟਾਈਮ ਹੋ ਗਿਆ ਸਵੇਰ ਦਾ, ਜਿੱਦਾਂ ਕਿ ਤੁਹਾਨੂੰ ਮੈਂ ਦੱਸ ਦਿੱਤਾ 11:30 ਦਾ, ਤੇ ਆਪਾਂ ਇੱਥੇ ਬੈਠੇ ਸੀਗਾ, ਤੇ ਇਹ ਜਿਹੜੇ ਮੁੰਡੇ ਨੇ ਅੱਜ ਮੈਨੂੰ ਇੰਨਾ ਖਪਾਇਆ, ਜਿੱਦਣ ਜਵਾਕ ਸਕੂਲ ਘਰੇ ਹੋਣ ਨਾ, ਸਕੂਲੇ ਨਾ ਗਏ ਹੋਣ, ਤੇ ਬਸ ਇਹਨਾਂ ਦਾ ਇਹੋ ਹੀ ਕੰਮ, ਇਹ ਬੜਾ ਹੀ ਸਤਾਉਂਦੇ ਆ। ਤੇ ਰੋਟੀ ਹੁਣ ਮੈਨੂੰ ਲਾ ਕੇ ਦਿੱਤੀ ਖਵਾ, ਤੇ ਜਗਰੂਪ ਗਏ ਆ ਬਾਹਰ, ਤੇ ਉਹ ਹੁੰਦੇ ਆ, ਤੇ ਉਹਨਾਂ ਨੇ ਰੋਟੀ ਖਾਣੀ। ਅੱਜ ਆਪਾਂ ਰੋਟੀ ਦੇ ਵਿੱਚ ਹੋ ਗਿਆ ਲੇਟ, ਰੋਟੀ ਥੋੜ੍ਹਾ ਲੇਟ ਹੀ ਆਪਾਂ ਬਣਾਈ ਸੀਗੀ, ਤੇ ਹੁਣ ਆਪਾਂ ਅਜੇ ਉਹ ਆਟਾ ਲਿਆ ਕੇ ਰੱਖਿਆ ਸਾਡਾ, ਆਟਾ ਡਰਮੀ ਚ ਪਾਉਣ ਵਾਲਾ। ਪ੍ਰਭ ਡਰਮੀ ਜਾ ਵਿਹਲੀ ਕਰਕੇ, ਫਿਰ ਉਹਨੂੰ ਤੇ ਕੱਪ ਆਇਆ ਧੁੱਪੇ ਰੱਖਿਆ ਡਰਮੀ, ਉਹ ਡਰਮੀ ਦੇ ਵਿੱਚ ਆਟਾ ਜਿਹੜਾ ਪਿਆ ਨਾ, ਉਹ
ਜਿਹੜਾ ਡਰਮੀ ਦੇ ਚਾਟਾ ਪਿਆ ਨਾ ਪੁੱਤ ਉਹ ਕੱਢ ਕੇ ਤੇ ਉਹ ਉਹ ਵਾਲੇ ਉਹ ਸਗਲੇ ਜਿਹੇ ਚ ਕੱਢ ਕੇ ਨਾ ਜਾਂ ਥਾਲੀ ਦੇ ਵਿੱਚ ਉਹਨਾਂ ਨੂੰ ਦੇ ਆਉਂਦੇ ਆ ਜੋ ਬਣਾਉਣਾ ਨੂੰ ਮੱਝਾਂ ਨੂੰ ਆਹ ਵੇਖ ਕਿੰਨੇ ਵਾਲ ਡਾਉਣ ਦਈ ਆ ਜੋ ਬਣਾਉਣਾ ਨੂੰ ਤੇ ਆਪਾਂ ਦੂਜੇ ਪਰ ਮੈਂ ਕੰਨਾਂ ਦੇ ਲਾ ਦੇਣੀਆਂ ਤੇ ਦੋਵਾਂ ਜਾਣਿਆਂ ਦੇ ਤੇ ਬਸ ਆਇਓ ਰੱਬਾ ਨਾ ਸਤਾਇਆ ਕਰ ਮੈਨੂੰ ਨਾ ਸਤਾਇਆ ਕਰ ਤੂੰ ਮੈਨੂੰ ਬੜਾ ਦੁਖੀ ਕਰਨ ਦਿਆ ਕਿਹੜੀ ਸ਼ਰਟ ਤੇਰੀ ਹੁਣ ਉਹ ਪਾਲਾ ਇੱਧਰ ਵੇਖੋ ਇੱਧਰ ਵੇਖੋ ਮੱਛਰ ਲੜੇ ਮੱਛਰ ਹੈ ਹੀ ਬੜਾ ਵਾ ਤੇ ਹੁਣ ਮੈਂ ਮੱਛਰ ਦਾ ਕੀ ਕਰਾਂ ਸਭ ਤੋਂ ਵੱਡਾ ਮੱਛਰ ਤੇ ਤੂੰ ਐ ਸਭ ਤੋਂ ਦਿਖਣ ਦਿਆ ਮੈਨੂੰ ਕੀ ਪ੍ਰੋਬਲਮ ਤੁਹਾਨੂੰ ਸਾਰਿਆਂ ਨੂੰ ਜੀ ਕਹਿੰਦਾ ਬੈਗ ਦੀ ਕੀ ਆ ਜੀ ਕਹਿੰਦਾ ਬੈਗ ਦੀ ਬੋਤਲ ਇਹ ਲੱਲੂ ਜੇ ਸਵੇਰੇ ਸਿਰ ਭੱਜ ਕੇ ਆਉਂਦਾ ਬੋਤਲ ਇੱਥੇ ਲੈ ਗਈ ਤੇਰੀ ਬੋਤਲ ਇੱਥੇ ਕਿਹੜੇ ਵੇਲੇ ਰਹਿ ਜਾਂਦੀ ਆ ਹੈ ਐਵੇਂ ਬੱਸ ਚ ਉਤਰਨ ਦੇ ਬਹਾਨੇ ਇਹਦੇ ਜਾ ਹਾਂਜੀ ਚਪੇੜਾਂ ਦੀ ਵੱਜਣ ਵਾਲੀਆਂ ਹੀ ਕੰਨਾਂ ਤੇ ਇਹਦਿਆਂ ਤੇ ਤੀਜੀ ਚ ਇਹਦੇ ਸ਼ਿਕਾਇਤਾਂ ਲਾਉਣ ਨੂੰ ਖੜੇ ਤੁਸੀਂ ਮੈਟ ਜੋੜੋ ਚਲੋ ਮੈਟ ਜੋੜੋ ਕਰਮੀ ਤੂੰ ਫੋਨ ਫੜ ਵੀਡੀਓ ਬਣਾ ਅੱਗੇ ਗਾੜੀ ਉਂਗਲਾ ਕਰੀ ਜਾਂਦਾ ਤੂੰ ਹੈ ਸੋਹਣਾ ਨੀ ਲੱਗਣ ਦਿਆ ਬਿਲਕੁਲ ਵੀ ਤੂੰ ਆਹ ਵੇਖੋ ਕੀ ਕਰਨ ਦੇ ਨੇ ਕੰਨਾ ਅਨੂ ਮਜ਼ਾ ਕਰਨ ਮੈਂ ਬਰਾਂਡੇ ਦੇ ਬਲਬ ਚ ਗਾ ਕੇ ਪੁੱਤ ਲੋ ਗਾਇਸ ਟਾਈਮ ਹੋ ਗਿਆ ਸ਼ਾਮ ਦਾ 6:30 ਵਜੇ ਦਾ ਤੇ ਅਜੇ ਮੇਰੇ ਕੁਛ ਕ ਬੱਚੇ ਜਿਹੜੇ ਆ ਉਹ ਅਜੇ ਇੱਥੇ ਹੀ ਬੈਠੇ ਕਿਉਂਕਿ ਉਹਨਾਂ ਦੇ ਪੇਰੈਂਟਸ ਅਜੇ ਲੈਣ ਨਹੀਂ ਆਏ ਲੜਨ ਦੇ ਆ ਮੈਂ ਕੰਨਾ ਤੇ ਲਾਵਾਂ ਤੈਨੂੰ ਕੱਢ ਕੇ ਲਿਆਵਾਂ ਬਾਹਰ ਕਾਕੇ ਛੱਡ ਇਹਨਾਂ ਨੂੰ ਜਾਣ ਦੇ ਨੇਰਾ ਹੁੰਦਿਆ ਵਾ ਅੱਜ ਆਪਾਂ ਕੀਤੀ ਡਰੰਮੀ ਸਾਫ਼ ਤੇ ਡਰੰਮੀ ਆਪਣੀ ਉਹ ਆਟੇ ਵਾਲੀ ਉੱਪਰ ਪਈ ਹੈ ਤੇ ਆਪਾਂ ਲਾਈਟਸ ਵੀ ਲਗਾ ਲਈਆਂ ਤੁਹਾਨੂੰ ਦਿਖਾ ਦਈਏ ਪੂਰਾ ਚੰਗੀ ਤਰ੍ਹਾਂ ਲੁੱਕ ਆਪਾਂ ਤੁਹਾਨੂੰ ਦੀਵਾਲੀ ਵਾਲੇ ਦਿਖਾਵਾਂਗੇ ਇਹ ਕੁਝ ਕੁ ਆਟਾ ਸੀਗਾ ਜਿਹੜਾ ਆਪਾਂ ਉਹਦੇ ਚੋਂ ਕੱਢ ਕੇ ਰੱਖਿਆ ਡਰੰਮੀ ਦੇ ਜਿਹੜਾ ਕਿੰਨਾ ਰੌਲਾ ਪਾਇਆ ਨਾ ਘਰ ਚੁੱਕਣਾ ਲਿਆ ਇਹਨਾਂ ਨੇ ਪੂਰਾ ਚੱਲ ਜਾਓ ਕਰਨ ਵੀਰ ਹਨੇਰਾ ਹੁੰਦਾ ਬੇਟਾ ਜਾ ਭਾਜੋ ਤੈਨੂੰ ਜ਼ਿਆਦਾ ਮੱਛਰ ਨਹੀਂ ਲੜਨ ਦਿਆ ਮੱਛਰ ਆਏ ਆ ਮੱਛਰ ਨੂੰ ਮੱਛਰ ਲੜਨ ਦਿਆ ਤੈਨੂੰ ਲੱਗਦਾ ਅਗਰ ਇਹਨਾਂ ਨੂੰ ਮਾਰੇ ਗਿਆ ਨਾ ਮੈਂ ਥੱਪੜ ਮਾਰ ਦੂੰ ਜਾ ਭਾਜੋ ਕਰੇ ਭਾਜੋ 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 ਉਹਨੂੰ ਕਾਹਤੋਂ ਮਾਰਦਾ ਵਾ ਵਿਚਾਰੀ ਨੂੰ ਹਾਂ ਸਾਰੀ ਰਾਤ ਹੀ ਜਗਦੀਆਂ ਰਹਿੰਦੀਆਂ ਤੇਰੀਆਂ ਲੱਗਦੀਆਂ ਕੁਝ ਅੱਧੀ ਕੁ ਰਾਤ ਸਾਡਾ ਸਾਨੂੰ ਪਾਗਲ ਕੁੱਤੇ ਨੇ ਵੱਡਿਆ ਕਿ ਅੱਧੀ ਰਾਤ ਉੱਠਾਂਗੇ ਇਹਨਾਂ ਨੂੰ ਭਜਾਉਣ ਅੱਧੀ ਰਾਤ ਨੂੰ ਜਿਹੜਾ ਜਾ ਭਾਜੋ ਇੱਥੋਂ ਭਾਜੋ ਧਿਆਨ ਨਾਲ ਜਾਓ ਸਾਈਡ ਸਾਈਡ ਤੇ ਹਾਂਜੀ ਕੀ ਆਵੇ ਆ ਜਾਂਦੇ ਤੁਹਾਡੇ ਮੰਮਾ ਲੈਣ ਕਿੰਨਾ ਰੌਲਾ ਪਾਇਆ ਪੂਰੀ ਆਹ ਕਰਨਵੀਰ ਉਹ ਵੀ ਚੁੱਕ ਕੇ ਰੱਖਿਆ ਪੁੱਤ ਕਾਰਡਬੋਰਡ ਦੋ ਅੰਦਰ ਉਹ ਹੈਂਕੀ ਕਿਦਾ ਰਹਿ ਗਿਆ ਵਾ ਇਦਾਂ ਚੀਜ਼ਾਂ ਛੱਡ ਜਾਂਦੇ ਆ ਉਹ ਵੇ ਪਿਆ ਉੱਥੇ ਲੋ ਗਾਇਸ ਟਾਈਮ ਹੋ ਗਿਆ ਸ਼ਾਮ ਦਾ 6:30 ਵਜੇ ਦਾ ਤੇ ਮੈਂ ਲੱਗੀ ਹਾਂ ਅੱਜ ਲੂਣ ਵਾਲੇ ਚੌਲ ਬਣਾਉਣ ਅੱਜ ਮੇਰਾ ਦਿਲ ਹੀ ਕਰਨ ਦਿਆ ਸਬਜ਼ੀ ਹੈਗੀ ਤਾਂ ਹੈ ਥੋੜ੍ਹੀ ਜਿਹੀ ਬਣੀ ਸਵੇਰੇ ਪਰ ਮੈਂ ਹਾਂ ਚਲੋ ਸਰ ਜਾਣਾ ਹੁਣ ਦਾ ਫਿਲਹਾਲ ਦੇ ਸਵੇਰ ਦਾ ਸਰ ਗਿਆ ਅਤੇ ਹੁਣ ਮੈਂ ਸਵੇਰੇ ਪ੍ਰੋਬਲੀ ਜਿਹੜਾ ਸਕੂਲ ਉਦੋਂ ਬਣਾਵਾਂਗੀ ਗੋਭੀ ਵਾਲੇ ਪਰੌਂਠੇ ਅਤੇ ਇਸ ਕਰਕੇ ਫਿਰ ਆਪਾਂ ਬਣਾਉਣ ਲੱਗੇ ਹਾਂ ਲੂਣ ਵਾਲੇ ਚੌਲ ਅਤੇ ਪ੍ਰਭ ਗਿਆ ਏ ਕੌਣ ਆ ਸੁਣਾਈ ਕੌਣ ਆ ਕਿਹਨੂੰ ਪਈ ਜਾਂਦੀ ਆ ਅਤੇ ਰੱਬ ਗਿਆ ਆਪਣੇ ਪਾਪਾ ਦੇ ਨਾਲ ਅਤੇ ਉੱਥੋਂ ਆਉਣ ਹੀ ਵਾਲਾ ਬਸ ਉਹਨੇ ਥੋੜ੍ਹੀ ਦੇਰ ਤੱਕ ਆ ਜਾਣਾ ਵਾ ਅਤੇ ਮੈਂ ਵੀ ਬਸ ਉਹਦੀ ਵੇਟ ਕਰਦੀ ਪਈ ਮੈਂ ਹਾਂ ਆ ਹੀ ਜਾਵੇ ਅਤੇ ਫਿਰ ਹੀ ਮੈਂ ਕਿਚਨ 'ਚ ਬਣਾ ਕਿਉਂਕਿ ਗੇਟ ਸਾਹਮਣੇ ਖੁੱਲ੍ਹਾ ਸੀਗਾ ਸੁਣੋਈ ਬੈਠੀ ਤਾਂ ਹੈਗੀ ਬਾਹਰ ਪਰ ਫਿਰ ਵੀ ਡਰ ਲੱਗਦਾ ਜਿੱਦਾਂ ਕਿ ਤੁਹਾਨੂੰ ਪਤਾ ਮਾਹੌਲ ਬਹੁਤ ਮਾੜੇ ਹੋਏ ਪਏ ਆ ਅਤੇ ਇਸ ਕਰਕੇ ਮੈਂ ਵੀ ਦੀਵਾਲੀ ਆ ਅੱਜ ਮੈਂ ਨਾ ਯੂਟਿਊਬ 'ਤੇ ਇੱਕ ਵੀਡੀਓ ਬਣਾਈ ਮੈਂ ਕਿ ਦੀਵਾਲੀ ਦੇ ਹੈ ਨਾ ਇੱਦਾਂ ਹੁੰਦਾ ਸੀ ਨਾ ਕਿ ਜਦੋਂ ਆਪਾਂ ਛੋਟੇ ਹੁੰਦੇ ਹਾਂ ਅਤੇ ਦੀਵਾਲੀ ਵਾਲੇ ਦਿਨ ਮੰਮੀਆਂ ਨੇ ਜਦੋਂ ਸਿਰ ਸੁਰ ਨਵਾਉਣਾ ਅਤੇ ਮੰਮੀਆਂ ਨੇ ਕਹਿਣਾ ਵੀ ਵਹਿਮ ਹੀ ਹੁੰਦੇ ਸੀ ਚਲੋ
ਪੀ ਬਾਹਰ ਨਹੀਂ ਜਾਣਾ ਲੋਕੀ ਵਾਲ ਕੱਟ ਲੈਂਦੇ ਆ ਤੇ ਸਿਰ ਤੋਂ ਜਦੋਂ ਸਿਰ ਤੋਂ ਦੰਦ ਆਏ ਨਾ ਮੰਮੀ ਕਹਿੰਦਾ ਜਿੰਨੀ ਦੇਰ ਤੱਕ ਕਹਿੰਦੇ ਸਿਰ ਵਾਹ ਨਹੀਂ ਨਾ ਦਿੱਤਾ ਉਨੀ ਦੇਰ ਤੱਕ ਤੁਸੀਂ ਬਾਹਰ ਨਹੀਂ ਜਾਣਾ ਪਟਕਾ ਬਣਾ ਕੇ ਫਿਰ ਜਾ ਬਾਹਰ ਜਾਣਾ ਲੋਕੀ ਨਾ ਦੀਵਾਲੀ ਵਾਲੇ ਦਿਨ ਨਾ ਵਾਲ ਕੱਟ ਲੈਂਦੇ ਟੂਣੇ ਕਰ ਦਿੰਦੇ ਆ ਤੇ ਇਸ ਕਰਕੇ ਨਾ ਟੂਣਾ ਕਰਦੇ ਆ ਤੇ ਇਸ ਕਰਕੇ ਬਾਹਰ ਨਹੀਂ ਜਾਣਾ ਵਾਲ ਕੱਟ ਲੈਂਦੇ ਲੋਕੀ ਤੇ ਇਹ ਨਾ ਇੱਕ ਪਿੱਛੇ ਜਦੋਂ ਆਪਾਂ ਛੋਟੇ ਹੁੰਦੇ ਹਾਂ ਉਦੋਂ ਦੀਆਂ ਗੱਲਾਂ ਵਾ ਇਹ ਵਾਲੀਆਂ ਹੁਣ ਤਾਂ ਚਲੋ ਇਹੋ ਜਿਹਾ ਕੋਈ ਵਹਿਮ ਭਰਮ ਨਹੀਂ ਕਰਦਾ ਪਿੱਛੇ ਲੋਕੀ ਕਰਦੇ ਹੁੰਦੇ ਤੇ ਪਿੱਛੇ ਲੋਕੀ ਇਹੋ ਜਿਹੇ ਟੂਣੇ ਟਕਾਰੇ ਵੀ ਕਰਦੇ ਹੁੰਦੇ ਸੀਗੇ ਤੇ ਹੁਣ ਨਹੀਂ ਹੁਣ ਤੇ ਹੁਣ ਦੁਨੀਆ ਬਹੁਤ ਜ਼ਿਆਦਾ ਸਮਝਦਾਰ ਹੋ ਚੁੱਕੀ ਆ ਪਹਿਲਾਂ ਦੇ ਜ਼ਮਾਨੇ ਦੇ ਵਿੱਚ ਇਹ ਕੰਮ ਹੈਗਾ ਸੀ ਹੁਣ ਨਹੀਂ ਹੁਣ ਬਹੁਤ ਘੱਟ ਚੁੱਕਾ ਹੈ ਅਤੇ ਹੁਣ ਕਿਉਂਕਿ ਪੁਰਾਣੀ ਜਿਹੜੀ ਜਨਰੇਸ਼ਨ ਸੀ ਨਾ ਉਹ ਆਲਮੋਸਟ ਜਿਹੜੀ ਹੈ ਨਾ ਉਹ ਓਲਡ ਏਜ ਜਿਹੜੇ ਹੈਗੇ ਉਹ ਚਲੋ ਹੈਗੇ ਹੀ ਹੈਗੇ ਪਰ ਹੁਣ ਜਿਹੜੇ ਨਿਊ ਜਨਰੇਸ਼ਨ ਆ ਨਾ ਉਹ ਥੋੜ੍ਹੀ ਚੇਂਜ ਹੋ ਚੁੱਕੀ ਆ ਉਹ ਸਮਝਦਾਰ ਹੋ ਚੁੱਕੀ ਆ ਜੇ ਕਿਤੇ ਇਹੋ ਜਿਹਾ ਕੋਈ ਹਨਾ ਹੈਗਾ ਵੀ ਆ ਕਿਸੇ ਦਾ ਪੇਰੈਂਟ ਅਤੇ ਉਹ ਫਿਰ ਉਹ ਆਪਣੇ ਪੇਰੈਂਟਸ ਨੂੰ ਬੱਚੇ ਸਮਝਾ ਦਿੰਦੇ ਕਿ ਨਹੀਂ ਮੰਮੀ ਇਹ ਕੁਝ ਨਹੀਂ ਹੁੰਦਾ ਐਵੇਂ ਦਾ ਕੁਝ ਨਹੀਂ ਹੁੰਦਾ ਅਤੇ ਤੁਸੀਂ ਆਪਣੀ ਸੋਚ ਬਦਲੋ ਅਤੇ ਇਸ ਕਰਕੇ ਹੁਣ ਨਵੇਂ ਜਿਹੜਾ ਵਾ ਨਵੀਂ ਜਨਰੇਸ਼ਨ ਜਿਹੜੀ ਇਹਨਾਂ ਗੱਲਾਂ ਦੇ ਵਿੱਚ ਬਲੀਵ ਨਹੀਂ ਕਰਦੀ ਅਤੇ ਪਹਿਲਾਂ ਹੁੰਦਾ ਸੀਗਾ ਇਹੋ ਜਿਹਾ ਕੰਮ ਕਾਰ ਅਤੇ ਸਾਡੀਆਂ ਮੰਮੀਆਂ ਨੇ ਇਹੋ ਜਿਹੇ ਬਹੁਤ ਕੰਮ ਕੀਤੇ ਆ ਚਲੋ ਹੁਣ ਹੁਣ ਜਿਵੇਂ ਕਿ ਸਾਡੀਆਂ ਮੰਮੀਆਂ ਵੀ ਪਹਿਲਾਂ ਸਾਨੂੰ ਕਹਿੰਦੀਆਂ ਹੁੰਦੀਆਂ ਸੀਗੀਆਂ ਅਤੇ ਹੁਣ ਵੇਖ ਲਓ ਆਹ ਹੈ ਨਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਨਵੇਂ ਜਦੋਂ ਆਪਾਂ ਬੱਚੇ ਵੱਡੇ ਹੋ ਜਾਂਦੇ ਹਾਂ ਅਤੇ ਫਿਰ ਆਪਾਂ ਆਪਣੇ ਮਾਂ ਪਿਓ ਨੂੰ ਸਮਝਾਉਣ ਲੱਗ ਜਾਂਦੇ ਹਾਂ ਵੀ ਇੱਦਾਂ ਆਹ ਕੁਛ ਨਹੀਂ ਹੁੰਦਾ ਹੁਣ ਜਿਵੇਂ ਆਪਾਂ ਆਪਣੇ ਪੇਰੈਂਟਸ ਨੂੰ ਦੱਸਦੇ ਕਿ ਮੰਮੀ ਇਹ ਕੁਛ ਨਹੀਂ ਹੁੰਦਾ ਇਹ ਸਭ ਐਵੇਂ ਬਕਵਾਸ ਆ ਅਤੇ ਕਿਸੇ 'ਤੇ ਯਕੀਨ ਨਹੀਂ ਕਰਨਾ ਐਵੇਂ ਨਹੀਂ ਕਰਨਾ ਚਾਹੀਦਾ ਐਵੇਂ ਵਹਿਮਾਂ ਭਰਮਾਂ 'ਚ ਨਹੀਂ ਮਤਲਬ ਕਿ ਵਹਿਮਾਂ ਭਰਮਾਂ 'ਚ ਨਹੀਂ ਬਿਲੀਵ ਕਰਨਾ ਚਾਹੀਦਾ ਅਤੇ ਹੁਣ ਆਪਣੇ ਮੰਮੀ ਪਾਪਾ ਵੀ ਆਪਣੇ ਮਤਲਬ ਪੇਰੈਂਟਸ ਸਮਝ ਚੁੱਕੇ ਆ ਅਤੇ ਆਉਣ ਵਾਲੀ ਜਨਰੇਸ਼ਨ ਨੇ ਹੋਰ ਵਧੀਆ ਮਤਲਬ ਕਿ ਹੋ ਜਾਣਾ ਵਾ ਹੋਰ ਸਮਝਦਾਰ ਹੋ ਜਾਣਾ ਵਾ ਅਤੇ ਫਿਰ ਤਾਂ ਇਹ ਜਿਹੜੀਆਂ ਗੱਲਾਂ ਵਾ ਬਿਲਕੁਲ ਹੀ ਖਤਮ ਹੋ ਜਾਣੀਆਂ ਵਾ ਗਾਇਸ ਪ੍ਰਭ ਆ ਗਿਆ ਘਰੇ ਅਤੇ ਇਹ ਕੀ ਖਰੀਦ ਕੇ ਲੈ ਆਇਆ ਵਾਂ ਲਾਈਟਾਂ ਲੈ ਕੇ ਆਇਆ ਅਤੇ ਆਹ ਵਾਲੀ ਆਹ ਜਿਹੜੀ ਆ ਮਿਰਰ ਲਾਈਟ ਆ ਵਧੀਆ ਕਲਰ ਵੀ ਚੇਂਜ ਹੁੰਦੇ ਆ ਇੱਕੋ ਰਹਿੰਦੀ ਜਗਦੀਆਂ ਬੁਝਦੀਆਂ ਕਿੱਦਾਂ ਅੱਛਾ ਹੋਰ ਸਹੀ ਗੱਲ ਉਹ ਹਿਲਦੀਆਂ ਕਿ ਦੂਜੇ ਰੋ ਕਰਕੇ ਲਾਣਾ ਸਾਈਡ ਤੋਂ ਹਨੇਰਾ ਹੀ ਹਨੇਰਾ ਕਰਤਾ ਈ ਪਹਿਲਾਂ ਲਾਈਟ ਬਲਬ ਦੇ ਜਗ੍ਹਾ ਹਾਂ ਹੁਣ ਕਰ ਹਾਂ ਹੁਣ ਕਰ ਲਾਈਟ ਆਫ ਵੇਖੋ ਕਿੰਨੀਆਂ ਸੋਹਣੀਆਂ ਲੱਗਣ ਦੀਆਂ ਸਟਾਰ ਬਣੇ ਹੋਏ ਹੈ ਨਾ ਸਟਾਰਸ ਦੇ ਵਿੱਚ ਲਾਈਟਾਂ ਲੱਗੀਆਂ ਨਾ ਕੀ ਚੇਂਜ ਹੁੰਦਾ ਇਹਦਾ ਅੱਛਾ ਇੱਦਾਂ ਹੁੰਦੀਆਂ ਠੀਕ ਆ ਓਕੇ ਦੀਵਾਲੀ ਦੀ ਸ਼ੁਰੂਆਤ ਹੋ ਗਈ ਆ ਤੇ ਆਪਾਂ ਲਾਈਟ ਸਕੁਆਇਰ ਲਗਾ ਦਿੱਤੇ ਆ ਤੇ ਪਟਾਕਿਆਂ ਦੀ ਵੀ ਸ਼ੁਰੂਆਤ ਹੋ ਗਈ ਆ ਤੇ ਚਲੋ ਜਿੰਨਾ ਵੀ ਹੋ ਸਕਿਆ ਹਨਾ ਆਹ ਆਪਾਂ ਅੱਜ ਨਿਊ ਲਿਆਂਦੀਆਂ ਪ੍ਰਭ ਨੇ ਸਟਾਰਸ ਵਾਲੀਆਂ ਲਾਈਟਸ ਮੋਟਰਸਾਈਕਲ ਸਾਈਡ ਦੇ ਕਰ ਮੋਟਰਸਾਈਕਲ ਦਾ ਕਰਕੇ ਨਹੀਂ ਵਧੀਆ ਲੱਗਣ ਕੀ ਕਰਨ ਨੂੰ ਪਟਾਕੇ ਲਿਆਉਣੇ ਹੁਣੇ ਹੀ ਅਜੇ ਪਟਾਕੇ ਜੇ ਦੇਣਾ ਕੀ ਕਰਨ ਨੂੰ ਅੱਛਾ ਅੱਛਾ ਹੁਣੇ ਹੀ ਲੱਗ ਪਾ ਚਲਾਉਣ ਆ ਦੋਵੇਂ ਸਕੂਟਰੀ ਮੋਟਰਸਾਈਕਲ ਸਕੂਟਰ ਪਾਸੇ ਹੋਣਾ ਫਿਰ ਵਧੀਆ ਲੱਗੇ ਹੈ ਨਾ ਪ੍ਰਭ ਤੇ ਵੇਖੋ ਆਹ ਵਾਲੀ ਲੁੱਕ ਘੈਂਟ ਲੱਗ ਰਹੀ ਹੈ ਨਾ ਇੱਧਰ ਤੇ ਬਾਕੀ ਹੁਣ ਆਪਾਂ ਪੂਰਾ ਦੀਵਾਲੀ ਵਾਲੇ ਦਿਨ ਜਦੋਂ ਆਪਾਂ ਦੀਵੇ ਵਗੈਰਾ ਵੀ ਲਗਾਵਾਂਗੇ ਨਾ ਤੇ ਫਿਰ ਹੋਰ ਸੋਹਣੇ ਲੱਗਣਗੇ ਨਾ ਚੱਲ ਆਪਣੇ ਚੌਲ ਵੀ ਬਣ ਕੇ ਠੰਡੇ ਹੋ ਗਏ ਆ ਖਾਈਏ ਵੇਖੋ ਘੈਂਟ ਲੱਗ ਰਹੀ ਆ ਨਾ ਇਹ ਪ੍ਰਭ ਵਿੱਚ ਸਟਾਈਲ ਆਹ ਵਧੀਆ ਜ਼ਿਆਦਾ ਨਹੀਂ ਆਹ ਜ਼ਿਆਦਾ ਵਧੀਆ ਆ ਰਹਿੰਦੇ ਆਹ ਰਹਿੰਦੇ ਬੱਤੇ ਪਰ ਇਹ ਆਪ ਚੇਂਜ ਕਰਨੇ ਪੈਂਦੇ ਨਾ ਉਹ ਤੇ ਜਾਂ ਫਿਰ ਪੱਕਾ ਹੀ ਰਹਿਣਾ ਆਪੇ ਚੇਂਜ ਹੁੰਦੇ ਜਾਣਾ ਨਾ ਵਧੀਆ ਲੱਗਣਾ ਹੋਰ ਜ਼ਿਆਦਾ ਇਹ ਫਿਲਹਾਲ ਤਾਂ ਆਪਾਂ ਇੱਥੇ ਲਗਾਈਆਂ ਵਾ ਅਤੇ ਬਾਅਦ 'ਚ ਦੀਵਾਲੀ ਹੈ ਨਾ ਦੀਵਾਲੀ ਤੋਂ ਬਾਅਦ ਵਿੱਚ ਇਹਨੂੰ ਆਪਾਂ ਅੰਦਰ ਲਗਵਾ ਪ੍ਰਭ ਅੰਦਰ ਵੀ ਲਾ ਸਕਦੇ ਪਰਦਿਆਂ ਦੀ ਅੱਗੇ ਅੱਗੇ ਹੈ ਹੋ ਰਹਿੰਦੇ ਹਾਂ ਠੀਕ ਆ ਵੀ ਕੈਂਡੀ ਡਿਜ਼ਾਈਨ ਅਤੇ ਚਲੋ ਹੁਣ ਆਪਾਂ ਚੱਲੀਏ ਅੰਦਰ ਅਤੇ ਖਾਈਏ ਡਿਨਰ ਅਤੇ ਤੁਸੀਂ ਦੱਸੋ ਪ੍ਰਭ ਉਹ ਡਰੰਮੀ ਲਾ ਕੇ ਲਿਆਓ ਪਰੌਂਠਾ ਪਾ ਕੇ ਰੱਖਣਾ ਉਹਦੇ ਵਿੱਚ ਉਹਦੇ ਦੇਖੋ ਕੀ ਕਰਨ ਦਿਆ ਪ੍ਰਭ ਡਰੰਮੀ ਲਾ ਕੇ ਲੈ ਕੇ ਉੱਪਰੋਂ ਪੁੱਤ ਆਡਰ ਰੱਖਣਾ ਉਹਦੇ ਵਿੱਚ ਪਾ ਕੇ ਵੇਖ ਉਹਦੇ ਨਾਲ ਹੁਣ ਆ ਕੇ ਚੇਤਾ ਆਇਆ ਵੀ ਹੁਣ ਅਜੇ ਇਹਦੇ ਨਾਲ ਵੀ ਪਿਆਰ ਰਹਿੰਦਾ ਅਜੇ ਕਰਨ ਵਾਲਾ
ਤੇ ਆ ਆ ਥੋੜਾ ਜਿਹਾ ਪ੍ਰਭ ਆਟਾ ਜਿਹੜਾ ਆਪਾਂ ਕੱਢਿਆ ਸੀ ਨਾ ਤੇ ਉਹ ਵੀ ਆਂਟੀ ਘਰੇ ਫੜਾ ਗਿਆ ਤੇ ਚਲੋ ਗਾਈਸ ਹੁਣ ਆਪਾਂ ਕਰੀਏ ਡਿਨਰ ਤੇ ਮਿਲਦੇ ਹਾਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤੇ ਦੀਵਾਲੀ ਤੇ ਆਪਾਂ ਹੋਰ ਦੀਵੇ ਵਗੈਰਾ ਲਗਾਵਾਂਗੇ ਜਗਾਵਾਂਗੇ ਤੇ ਫਿਰ ਦਿਖਾਵਾਂਗੇ ਤੁਹਾਨੂੰ ਤੇ ਚਲੋ ਮਿਲਦੇ ਹਾਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਜਦ ਤੱਕ ਦੀ ਸਾਰੇ ਸਤਿ ਸ਼੍ਰੀ ਅਕਾਲ ਬਾਏ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਾਏ।